ਮੰਗਾਂ ਸਾਡੀਆਂ ਕੋਈ ਮੰਗ ਇਹ ਪੁਰਾਣੀ ਤਾਂ ਹੈ ਨਹੀਂ ਜੀ। ਮੰਗਾਂ ਸਾਡੀਆਂ ਉਹੀ ਆ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਜਿਹੜਾ ਇਹ ਸੰਘਰਸ਼ ਕਰਦੇ ਆ ਰਹੇ ਹਾਂ ਰੈਗੂਲਰ ਹੋਣ ਦੀ ਖਾਤਰ। ਅਸੀਂ ਚਾਹੁੰਦੇ ਹਾਂ ਕਿ ਗਵਰਨਮੈਂਟ ਸਾਡੀ ਗੱਲ ਸੁਣੇ, ਪਰ ਕੋਈ ਵੀ ਸਰਕਾਰ ਜਿਹੜੀਆਂ ਸਰਕਾਰਾਂ ਬਦਲ ਗਈਆਂ ਪਰ ਨਾ ਸਾਡੀ ਕਿਸੇ ਨੇ ਗੱਲ ਸੁਣੀ ਹੈ, ਨਾ ਸਾਡਾ ਕੋਈ ਕਿਸੇ ਨੇ ਮਸਲਾ ਹੀ ਹੱਲ ਕੀਤਾ ਹੈ। ਉਹੀ ਪੁਰਾਣੀ ਸਾਡੀ ਇੱਕੋ ਹੀ ਮੰਗ ਹੈ ਕਿ ਸਾਨੂੰ ਗਵਰਨਮੈਂਟ ਹੈ ਜਿਹੜੀ ਬਿਨਾਂ ਸ਼ਰਤ ਆ ਜਿਹੜੀ ਉਹ ਸਾਨੂੰ ਰੈਗੂਲਰ ਕਰੇ। ਪਿਛਲੇ ਦਿਨੀ ਇੱਕ ਚੰਨੀ ਸਰਕਾਰ ਨੇ ਇੱਕ ਸ਼ੋਸ਼ਾ ਛੱਡਤਾ 36,000 ਮੁਲਾਜ਼ਮਾਂ ਦਾ। ਉਹ 36,000 ਮੁਲਾਜ਼ਮ ਹਜੇ ਤੱਕ ਕਿਸੇ ਵੀ ਮੁਲਾਜ਼ਮ ਨੂੰ ਜਾਂ ਕਿਸੇ ਮਹਿਕਮੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ 36,000 ਮੁਲਾਜ਼ਮ ਕਿਹੜੇ ਆ। ਪਤਾ ਨਹੀਂ ਇਹਨਾਂ ਨੇ ਆਪਦੀ ਸਰਕਾਰ 'ਚ ਭਰਤੀ ਕਰਕੇ ਪੱਕੇ ਕਰਨੇ ਆ, ਪਤਾ ਨਹੀਂ ਕਿਸੇ ਹੋਰ ਸੂਬੇ 'ਚ ਕਰਨੇ ਆ। ਹਜੇ ਤੱਕ ਪੰਜਾਬ ਦੇ ਵਿੱਚ ਇੱਕ ਵੀ ਐਸਾ ਇੰਪਲੋਈ, ਐਸਾ ਮੁਲਾਜ਼ਮ ਕਿਸੇ ਵੀ ਮਹਿਕਮੇ ਦੇ ਵਿੱਚ ਨਹੀਂ ਹੈਗਾ ਜਿਹੜਾ ਉਹ 36,000 ਦੀ ਪਾਲਿਸੀ ਦੇ ਅੰਡਰ ਆ ਕੇ ਪੱਕਾ ਹੋ ਸਕੇ। ਦੇਖੋ ਜੀ, ਸਾਡੀਆਂ ਅਸੀਂ ਲਾਸਟ 15-20 ਦਿਨ ਤੋਂ ਇਸੇ ਮੰਗ 'ਤੇ ਬੈਠੇ ਹਾਂ ਕਿ ਸਾਡਾ ਸੁਪਰੀਮ ਕੋਰਟ ਦਾ ਆਰਡਰ ਵੀ ਵਾਪਸ ਪਾਸ ਹੋਇਆ ਹੋਇਆ, ਇਕੁਅਲ ਵਰਕ ਇਕੁਅਲ ਪੇ। ਅਤੇ ਦੂਸਰਾ ਸੀਗਾ ਕਿ ਜਿਹੜੇ ਇਹਨਾਂ ਨੇ 36,000 ਮੁਲਾਜ਼ਮ ਪੱਕੇ ਕੀਤੇ ਆ ਉਹਦੇ ਵਿੱਚ ਉਹਨਾਂ ਨੇ NHM ਨੂੰ ਇਨਕਲੂਡ ਹੀ ਨਹੀਂ ਕੀਤਾ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਜਿੱਥੇ ਕਿਤੇ ਅਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਾਂ ਉਹ ਬਸ ਸੇਮ ਜਿੱਦਾਂ ਅਸੀਂ ਅੱਜ ਡਾਕਟਰ ਹਰਜੋਤ ਕਮਲ ਨੂੰ, ਕੱਲ੍ਹ ਦਾ ਸਾਡਾ ਸੀਗਾ ਕਿ ਅਸੀਂ ਇਹਨਾਂ ਦੇ ਘਰ ਦੇ ਮੂਹਰੇ ਧਰਨਾ ਪ੍ਰਦਰਸ਼ਨ ਕਰਨਾ, ਪਰ ਅਸੀਂ ਸਾਨੂੰ 3 ਘੰਟੇ ਹੋ ਗਏ, ਇਹਨਾਂ ਦਾ ਕੋਈ ਵੀ ਨੁਮਾਇੰਦਾ ਜਿਹੜਾ ਬਾਹਰ ਸਾਨੂੰ ਕੋਈ ਮਿਲਣ ਨਹੀਂ ਆਇਆ, ਕੋਈ MLA ਸਾਹਿਬ ਆਪ ਨਹੀਂ ਆਏ। ਸੋ ਇਸ ਕਰਕੇ ਸਾਡੀਆਂ ਮੰਗਾਂ ਤਾਂ ਬਹੁਤ ਜਾਇਜ਼ ਜੀਆਂ ਮੰਗਾਂ ਨੇ ਵੀ ਇਕੁਅਲ ਵਰਕ ਇਕੁਅਲ ਪੇ ਐਂਡ NRHM ਮੁਲਾਜ਼ਮਾਂ ਨੂੰ ਜਿਹੜੇ 36,000 ਮੁਲਾਜ਼ਮ ਇਹਨਾਂ ਨੇ ਪੱਕੇ ਕੀਤੇ ਆ ਉਹਨਾਂ ਦੇ ਵਿੱਚ ਇੱਕ ਪੋਲਿਸੀ ਬਣਾ ਕੇ ਉਹਨਾਂ ਨੂੰ ਉਹਦੇ ਵਿੱਚ ਲਿਆ ਜਾਵੇ। ਕਿਉਂਕਿ ਸਾਨੂੰ ਹਰ ਸਰਕਾਰਾਂ ਆਉਂਦੀਆਂ ਨੇ ਉਹ ਇਹ ਚੀਜ਼ ਕਹਿ ਕੇ ਠੁਕਰਾ ਦਿੰਦੀਆਂ ਨੇ ਕਿ ਸੈਂਟਰ ਸਪੋਂਸਰ ਸਕੀਮਾਂ ਨੇ। ਰਮਸਾ ਵਾਲੇ ਪੱਕੇ ਕੀਤੇ ਇਹਨਾਂ ਨੇ, ਸਰਵ ਸਿੱਖਿਆ ਅਭਿਆਨ ਵਾਲੇ ਪੱਕੇ ਕੀਤੇ, ਉਹ ਵੀ ਤਾਂ ਸੈਂਟਰ ਸਪੋਂਸਰ ਸਕੀਮਾਂ ਸੀ ਨਾ। ਜਦੋਂ ਅਸੀਂ ਕੰਮ ਪੰਜਾਬ ਦੇ ਲੋਕਾਂ ਲਈ ਕਰ ਰਹੇ ਹਾਂ, ਇਹਨਾਂ ਦੇ ਅੰਡਰ ਕੰਮ ਕਰ ਰਹੇ ਹਾਂ, ਤਾਂ ਫਿਰ ਆਹ ਨਾ ਇਨਸਾਫੀ ਨਾ ਕਰਨ ਕਿ ਤੁਸੀਂ ਸੈਂਟਰ ਸਪੋਂਸਰ ਸਕੀਮਾਂ ਹੋ। ਕੋਈ ਬਹਿ ਕੇ ਸਾਡੇ ਨਾਲ ਗੱਲ ਤਾਂ ਕਰਨਾ ਸੀ, ਜਿੱਥੇ ਜਿੱਥੇ ਕੋਸ਼ਿਸ਼ ਕਰ ਰਹੇ ਹਾਂ ਮੰਗ ਪੱਤਰ ਦੇਣ ਦੀ, ਸਾਨੂੰ ਅੱਗੇ ਇਹਨਾਂ ਦੇ ਕਾਂਗਰਸ ਦੇ ਨੁਮਾਇੰਦਾ ਕੋਈ ਮਿਲਦਾ ਹੀ ਨਹੀਂ ਸਾਡਾ ਮੰਗ ਪੱਤਰ ਰਿਸੀਵ ਕਰਨ ਵਾਸਤੇ।